ਤੈਨੂੰ ਤਾਂ ਠੀਕ ਆ, ਦੀਵਾਲੀ ਦੇ ਟਾਈਮ ਹੁੰਦਾ ਨਾ ਤੁਸੀਂ ਉਸ ਤਰ੍ਹਾਂ ਦਾ ਹੋਇਆ ਵਾ, ਸਵੇਰੇ ਤੇ ਸ਼ਾਮ ਠੰਡਾ ਹੁੰਦਾ। ਅੱਛਾ, ਠੀਕ ਹੈ। ਚਲੋ, ਤੁਹਾਡੇ ਜਿਹੜੇ ਆਪਣਾ ਐਪਲੀਕੇਸ਼ਨ ਤੁਸੀਂ ਪਾਏ ਸੀ ਉਹਦੇ ਬਾਰੇ ਗੱਲ ਕਰ ਰਹੇ ਸੀ। ਮੈਡੀਕਲ ਤੁਹਾਡਾ ਹੋ ਗਿਆ ਸੀ ਮੇਰੇ ਖਿਆਲ ਅੱਜ ਤੋਂ ਸ਼ਾਇਦ ਹਫ਼ਤੇ ਪਹਿਲਾਂ। ਹਾਂਜੀ ਸਰ, ਹੋ ਗਏ ਸੀ, ਹਫ਼ਤਾ ਪਹਿਲਾਂ ਹੋ ਗਏ ਸੀ। ਹਾਂਜੀ ਅੱਛਾ। ਸੋ ਚਲੋ, ਮੈਡੀਕਲ ਤਾਂ ਹੋ ਗਿਆ, ਫਿਰ ਇਹਨਾਂ ਨੇ ਇੱਕ ਮੈਸੇਜ ਕਰਤਾ ਤੁਹਾਡੇ ਬਾਰੇ, ਅਤੇ ਉਹ ਵੀ ਦੇਖ ਲੈਂਦੇ ਕੀ ਕੀ ਲਿਖਿਆ ਇਹਨਾਂ ਨੇ। ਲੈਟਸ ਸੀ ਇਫ ਵੀ ਕੈਨ ਸੀ ਔਨ ਦ ਸਕਰੀਨ। ਸਕਰੀਨ 'ਤੇ ਨਜ਼ਰ ਆ ਰਿਹਾ ਕੁਛ? ਕੈਨ ਯੂ ਸੀ ਦ ਸਕਰੀਨ? ਸਰ ਨਹੀਂ ਆਇਆ, ਨਹੀਂ ਰਿਹਾ। ਹਾਂ ਸਰ ਆ ਗਿਆ ਜੀ। ਹੁਣ ਵੀ ਨਹੀਂ ਆਇਆ? ਮੈਂ ਇਹਨੂੰ ਪਾਸੇ ਕਰ ਦਿਆ ਓਕੇ। ਸਤੰਬਰ 29 ਤਰੀਕ ਹੈ, ਯੂਸੇ ਨੰਬਰ ਹਾਂਜੀ ਤੱਕਿਆ ਹੋਇਆ ਜਰਾ। ਵਿਦ ਰੈਫਰੈਂਸ ਟੂ ਯੋਰ ਐਪਲੀਕੇਸ਼ਨ ਵੀ ਰਿਕੁਆਇਰ ਯੋਰ ਪਾਸਪੋਰਟ ਟੂ ਫਾਈਨਲਾਈਜ਼ ਐਪਲੀਕੇਸ਼ਨ ਪ੍ਰੋਸੈਸਿੰਗ। ਮਤਲਬ ਕਿ ਉਹਨਾਂ ਨੇ ਇਰਾਦਾ ਕਰ ਲਿਆ ਕਿ ਤੁਹਾਨੂੰ ਵੀਜ਼ਾ ਦੇ ਦੇਣਾ। ਠੀਕ ਆ ਸਰ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ। ਕਿਸ ਤਰ੍ਹਾਂ ਕਿਵੇਂ ਲੱਗ ਰਿਹਾ ਕਿ ਵੀ ਵੀਜ਼ਾ ਤੁਸੀਂ ਮੇਰੇ ਖਿਆਲ ਕਿੰਨੇ 2 ਸਾਲ ਹੋ ਗਏ ਸ਼ਾਇਦ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਪਹਿਲਾਂ ਵੀ ਇੱਕ ਵਾਰ ਰਿਫਿਊਜ਼ ਹੋ ਗਏ ਸੀ ਨਾ ਪਹਿਲਾਂ? ਵਨ ਟਾਈਮ ਔਰ ਟਵਾਈਸ? ਹਾਂ ਸਰ, 2 ਸਾਲ ਹੋ ਗਏ। ਹਾਂਜੀ ਯਾ, ਨਹੀਂ, ਯੂ ਵਰ ਰਿਫਿਊਜ਼ ਵਾਂਸ, ਇਹ ਸੈਕਿੰਡ ਐਪਲੀਕੇਸ਼ਨ ਹੈ ਨਾ? ਹਾਂ ਸਰ, ਹਾਂ ਸੈਕਿੰਡ ਟਾਈਮ ਹੈ ਸਰ। ਹਾਂਜੀ ਯਾ 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 ਸਕਰੀਨ ਤਾਂ ਨਜ਼ਰ ਆ ਰਿਹਾ ਤੁਹਾਨੂੰ ਕੁਛ? ਹਾਂ ਸਰ, ਸਕਰੀਨ ਹਾਂਜੀ ਹਾਂਜੀ ਸਰ, ਕਲੀਅਰ ਨਹੀਂ ਦਿਖ ਰਿਹਾ ਪਰ ਸਰ। ਕਲੀਅਰ ਨਹੀਂ ਦਿਖ ਰਿਹਾ? ਓਕੇ, ਹਾਊ ਡੂ ਆਈ ਮੇਕ ਇਟ ਕਲੀਅਰ? ਮੈਂ ਹੋਣਾ ਕਲੀਅਰ? ਹਾਂਜੀ ਹਾਂਜੀ ਸਰ, ਆ ਜਿਹੜਾ ਕੈਪਸ ਨੋਚ, ਜਿਹੜੇ ਪਹਿਲੇ ਰਿਫਿਊਜ਼ਲ ਵਿੱਚ ਕੈਪਸ ਨੋਚ ਇਹਨਾਂ ਨੇ ਪਾਇਆ ਸੀ ਕਿ ਵੀ ਠੀਕ ਹੈ ਤੁਹਾਡੇ ਮੈਰਿਜ ਸਰਟੀਫਿਕੇਟ ਲੀਗੈਲਿਟੀ ਹੈ, ਲੇਕਿਨ ਮੈਰਿਜ ਸਰਕਮਸਟਾਂਸਿਸ ਕਿਵੇਂ ਹੋਏ ਆ, ਕਿਸ ਤਰ੍ਹਾਂ ਹੋਇਆ, ਨਾਟ ਕੰਸਿਸਟੈਂਟ ਵਿਦ ਸੋਸ਼ਲ, ਇਹ ਪੁਰਾਣਾ ਰਿਫਿਊਜ਼ਲ ਸੀ ਫਸਟ ਟਾਈਮ, ਡੂ ਯੂ ਰਿਮੈਂਬਰ? ਹਾਂਜੀ ਸਰ, ਹਾਂਜੀ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੇਰੇ ਖਿਆਲ ਹੈ ਕਿ ਪਹਿਲਾਂ ਮੈਂ ਲੋਕਾਂ ਨੂੰ ਦੱਸਿਆ ਕਿ ਵੀ ਤੁਸੀਂ ਕੋਈ ਆਮ ਕੋਈ ਐਪਲੀਕੈਂਟ ਨਹੀਂ ਹੋ, ਜਿਹੜੇ ਜਿਹਨਾਂ ਕੋਲ ਪੜ੍ਹਾਈ ਨਹੀਂ ਹੈ, ਜਿਹੜਾ ਤੁਸੀਂ ਤੁਸੀਂ ਲਾਇਰ ਹੋ, ਐਡਵੋਕੇਟ ਹੋ ਤੁਸੀਂ, ਰਾਈਟ? ਹਾਂਜੀ ਸਰ, ਹਾਂਜੀ ਮੈਂ ਐਡਵੋਕੇਟ ਹਾਂ ਸਰ। ਵਕਾਲਤ ਕਰਦੇ ਹੋ ਪੰਜਾਬ ਤੇ ਕਾਫੀ ਸਾਲ, 12 ਸਾਲ ਹੋ ਗਏ, 13 ਸਾਲ ਸ਼ਾਇਦ? 14-7 ਸਾਲ ਹੋ ਗਏ ਸਰ, ਮੈਂ ਐਲਐਲਬੀ ਵੀ ਕੀਤੀ ਹੈ, ਮਾਸਟਰ ਡਿਗਰੀ ਵੀ ਕੀਤੀ ਹੈ। ਆਈ ਥਿੰਕ ਯੂ ਹਾਂਜੀ ਹਾਂਜੀ ਸਟਾਰਟਡ ਇਨ 2008 ਬਾਰ ਮੈਂਬਰਸ਼ਿਪ ਲਈ ਤੁਸੀਂ? ਹਾਂਜੀ ਹਾਂਜੀ ਸਰ, ਦੇਖੋ ਉਹਦੇ ਮੈਂ ਬਾਅਦ ਸਰ ਮੈਂ, ਹਾਂਜੀ ਸਰ, ਵੈਸੇ 8 ਸਾਲ ਹੋ ਗਏ ਸਰ ਪ੍ਰੈਕਟਿਸ ਕਰਦੇ ਨੂੰ। ਐਸਾ ਸਰ, ਫਿਰ ਐਲਐਲਐਮ ਵੀ ਕੀਤੀ ਤੁਸੀਂ ਵੇਖਾ 2014 ਵਿੱਚ? ਹਾਂਜੀ ਹਾਂਜੀ ਸਰ, ਪੰਜਾਬ ਯੂਨੀਵਰਸਿਟੀ ਚੋਂ। ਹਾਂਜੀ ਸਰ ਜੀ। ਸੋ ਜਦ ਤੁਸੀਂ ਇਹ ਐਪਲੀਕੇਸ਼ਨ ਪਾਈ ਹੈ ਤਾਂ ਉਹਨਾਂ ਨੇ ਵੀਜ਼ਾ ਅਫਸਰ ਨੇ ਲਿਖਿਆ ਹੈ ਕਿ ਵੀ ਅਸੀਂ ਤੁਹਾਡੀ ਮੈਰਿਜ ਨੂੰ ਕੰਸਿਸਟੈਂਟ ਵਿਦ ਨੋਰਮਲ ਜਿਹੜੇ ਕਲਚਰਲ ਪੈਟਰਨ ਹੈ, ਜਿਹੜੇ ਪੰਜਾਬ ਦੇ ਜਿਸ ਤਰ੍ਹਾਂ ਮੈਰਿਜ ਕਰਦੇ ਹੋ, ਉਸ ਤਰ੍ਹਾਂ ਦੇ ਲੱਗਦਾ ਨਹੀਂ ਕਿ ਮੈਰਿਜ ਤੁਹਾਡੀ ਉਸੇ ਉਸੇ ਹਿਸਾਬ ਨਾਲ ਹੋਈ ਹੈ। ਸੋ ਤੁਹਾਡਾ ਕੀ ਖਿਆਲ ਸੀ ਇਸ ਬਾਰੇ? ਮੈਂ ਹਾਊ ਆਰ ਯੂ ਪਲੈਨਿੰਗ ਕਿ ਇਹਨੂੰ ਕਿਵੇਂ ਕਾਊਂਟਰ ਕਰਨਾ ਹੈ? ਸਰ ਵੈਸੇ ਸਰ ਮੈਨੂੰ ਪਹਿਲਾਂ ਇਸ ਬਾਰੇ ਕੁਛ ਨਹੀਂ ਸੀ ਪਤਾ, ਜਦੋਂ ਰਿਫਿਊਜ਼ਲ ਹੋਈ ਹੈ ਫਿਰ ਪਤਾ ਲੱਗਿਆ ਵੀ ਸਰ ਵੀ ਮੇਰੀ ਜਿਹੜੀ ਮੈਰਿਜ ਕੀਤੀ ਹੈ ਉਹ ਵੀ ਠੀਕ ਢੰਗ ਨਾਲ ਨਹੀਂ ਕੀਤੀ, ਵੀ ਕਸਟਮ ਜਿਹੜੇ ਹੈਗੇ ਨੇ ਉਸ ਤਰ੍ਹਾਂ ਫੋਲੋ ਨਹੀਂ ਕੀਤਾ। ਸਰ ਮੈਂ ਇੱਥੇ ਪੰਜਾਬ 'ਚ ਪੁੱਛਿਆ ਕਈਆਂ ਨੂੰ ਵੀ ਮਤਲਬ ਐਪਲੀਕੇਸ਼ਨ ਲਾਉਣ ਬਾਰੇ, ਸਰ ਉਹਨਾਂ ਨੇ ਟੋਟਲੀ ਕਹਿੰਦਾ ਵੀ ਨਹੀਂ ਵੀ ਤੇਰੀ ਐਪਲੀਕੇਸ਼ਨ ਲੱਗੀ ਨਹੀਂ ਸਕਦੀ ਹੈਗੀ, ਇੱਕ ਕਾਫੀ ਇੱਥੇ ਚੰਡੀਗੜ੍ਹ ਨੇ ਅਤੇ ਪਟਿਆਲੇ ਉਹਨਾਂ ਦਾ ਹੈਗਾ ਆਫਿਸ, ਉਹ ਸਰ ਕਹਿੰਦੇ ਵੀ ਦੁਬਾਰੇ ਕਰਾਓ ਸਾਰੇ ਆਪਣੇ ਕਸਟਮ ਵਗੈਰਾ ਜੋ ਵੀ ਹੈ ਆਨੰਦ ਕਾਰਜ, ਵੀ ਇੰਪੋਸੀਬਲ ਹੈ, ਹੀ ਨਹੀਂ ਹੋ ਸਕਦਾ ਤੁਹਾਡਾ। ਜੀ, ਆਪਾਂ ਇਸ ਵੀਡੀਓ 'ਚ ਕਿਸੇ ਦਾ ਨਾਮ ਨਹੀਂ ਲੈਣਾ, ਭਾਵੇਂ ਪੰਜਾਬ ਦਾ ਲੋਇਰ ਹੋ ਜਾਂ ਕੈਨੇਡਾ ਦਾ ਲੋਇਰ ਹੋ, ਹਾਂਜੀ ਹਾਂਜੀ ਸਰ ਮੈਨੂੰ ਪਤਾ ਨਹੀਂ, ਹਾਂਜੀ ਹਾਂਜੀ ਉਹਨਾਂ ਨੇ ਮਤਲਬ ਇਹ ਉਹਨਾਂ ਨੂੰ ਲੱਗਿਆ ਕਿ ਵੀ ਇਹ ਕਿਉਂਕਿ ਪ੍ਰੋਪਰ ਜਿਹੜੀ ਲੈਵਿਸ਼ ਮੈਰਿਜ, ਲੈਵਿਸ਼ ਮਤਲਬ ਕਿ ਬਹੁਤ 100-200 ਬੰਦਾ ਆਇਆ ਹੋਇਆ, ਕਾਫੀ ਧੂਮ ਜਿਹੜੇ ਬਰਾਤ ਤੇ ਧੂਮ ਧੜੱਕਾ ਹੋ ਰਿਹਾ, ਇਸ ਤਰ੍ਹਾਂ ਪਾਰਟੀਆਂ ਹੋ ਰਹੀਆਂ, ਯੂ ਨੋ ਲੈਵਿਸ਼ ਜੋ 3-4 ਦਿਨ ਦੀ ਮੈਰਿਜ ਹੁੰਦੀ ਹੈ, ਜਦ ਤੱਕ ਉਹ ਨਾ ਹੋਏਗੀ ਤਦ ਤੱਕ ਮਤਲਬ ਕਿ ਇਟਸ ਨਾਟ ਪ੍ਰੈਜ਼ੈਂਟੇਬਲ ਟੂ ਦ ਵੀਜ਼ਾ ਆਫਿਸਰ ਕਿ ਮੈਰਿਜ ਸਾਡੀ ਜੈਨੂਇਨ ਹੈ, ਇਜ਼ ਦੈਟ ਰਾਈਟ? ਹਾਂਜੀ ਸਰ, ਹਾਂ। ਤੇ ਫਿਰ ਮੇਰੇ ਖਿਆਲ ਹੈ ਕਿ ਤੁਹਾਡੇ ਚ ਸ਼ਾਇਦ ਤੁਹਾਡਾ ਆਈਡੀਆ ਸੀ, ਜਾਂ ਪਤਾ ਨਹੀਂ, ਆਈ ਡੋਂਟ ਰਿਮੈਂਬਰ, ਯਾਰ ਸੁਖਮਨ ਦਾ ਆਈਡੀਆ ਕਿਸ ਸਾਈਡ, ਤੁਸੀਂ ਉਹਨਾਂ ਨੂੰ ਸ਼ਾਇਦ ਇੱਕ ਚਿੱਠੀ ਵੀ ਪਾਈ ਹੈ ਕਿ ਓਪੀਨੀਅਨ ਲਿਖਿਆ ਕਿ ਵੀ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਕਿ ਬਜਾਏ ਇੰਨਾ ਖਰਚਾ ਕਰਨ ਦੇ, ਆਈ ਵੁੱਡ ਲਾਈਕ ਟੂ ਸੇਵ ਮਨੀ ਐਂਡ ਪ੍ਰਿਪੇਅਰ ਫੋਰ ਦਾ ਫਿਊਚਰ, ਇੱਦਾਂ ਦੀ ਕੁਛ ਸ਼ਾਇਦ ਗੱਲਬਾਤ ਹੋਈ ਸੀ ਜੀ? ਹਾਂ ਸਰ, ਇਹ ਸੁਖਮਨ ਨੇ ਕੀਤਾ ਸੀ ਸਰ, ਸੁਖਮਨ ਸਰ ਨੇ ਲਿਖਿਆ ਸੀ ਸਭ ਕੁਛ, ਐਕਸਪਲੇਨ ਕੀਤਾ ਸੀ ਵੀ ਕਿਉਂ ਸਿੰਪਲ ਮੈਰਿਜ ਕਿਉਂ ਕਰੀ ਅਸੀਂ ਨੇ, ਸਰ ਉਹਨਾਂ ਨੇ ਐਕਸਪਲੇਨ ਕੀਤਾ ਵੀ ਸਾਰਾ ਕੁਛ ਇਹ ਉਹਨਾਂ ਨੇ ਜੀ। ਸੋ ਆਈਡੀਆ ਆਈਡੀਆ ਸੁਖਮਨ ਦਾ ਸੀ ਨਾ ਕਿ ਨਾ ਤੁਹਾਡਾ ਤੁਹਾਡਾ ਆਈਡੀਆ ਨਹੀਂ ਸੀ? ਨਹੀਂ ਸਰ, ਮੇਰਾ ਕੁਛ ਨਹੀਂ ਸੀ ਇਹਦੇ ਵਿੱਚ, ਸੁਖਮਨ ਸਰ ਦਾ ਹੀ ਸੀ ਸਰ। ਨਹੀਂ, ਉਹ ਬੜਾ, ਇਹਦਾ ਮਤਲਬ ਬੜਾ ਹੁਸ਼ਿਆਰ ਹੈ, ਮਤਲਬ ਆਈਡੀਆ ਆਈਡੀਆ
ਆਈਡੀਆ ਨਿਸ਼ਾਨ ਦੇ ਲੱਗਿਆ ਉਹ ਹਾਂਜੀ ਹਾਂਜੀ ਸਰ ਆਈਡੀਆ ਨਿਸ਼ਾਨ ਦੇ ਲੱਗਿਆ ਤੇ ਈਵਨ ਦੋ ਕਿ ਤੁਹਾਡੇ ਕੋਲ ਫੰਡਸ ਕਾਫੀ ਹੈ ਵੈਸੇ ਸ਼ੋਅ ਹੋ ਰਹੇ ਆ ਲੇਕਿਨ ਯੂ نو ਫੰਡਸ ਇਜ਼ ਨਾਟ ਅ ਪ੍ਰੋਬਲਮ ਪਰ ਅਸੀਂ ਉਹਨ ਉਸ ਫੰਡਸ ਨੂੰ ਬਜਾਏ ਕਿ ਅਸੀਂ ਵੇਸਟ ਕਰੀਏ ਤਿੰਨ ਚਾਰ ਦਿਨ ਦੇ ਆਤਿਸ਼ਬਾਜ਼ੀ ਤੇ ਵੇਸਟ ਕਰੀਏ ਵੀ ਵਾਂਟ ਟੂ ਸੇਵ ਮਨੀ ਐਂਡ ਦੈਨ ਯੂ نو ਆਪਾਂ ਫਿਊਚਰ ਚ ਲਾਉਣਾ ਉਹ ਫੰਡ ਮਤਲਬ ਇਹ ਇੱਕ ਆਰਗੂਮੈਂਟ ਸੀ ਉਹ ਆਰਗੂਮੈਂਟ ਕਲਿੱਕ ਕਰ ਗਿਆ ਸੋ ਜਿਹੜੇ ਜਿਹੜੇ ਕੰਸਲਟੈਂਟ ਤੁਹਾਡੀ ਮੈਰਿਜ ਨੂੰ ਪ੍ਰੋਪਰ ਨਹੀਂ ਸਮਝਦੇ ਸੀ ਉਹਨਾਂ ਨੂੰ ਵੀ ਇਹ ਓਵਰਰਾਈਡ ਹੋ ਗਿਆ ਓਬਜੈਕਸ਼ਨ ਤੇ ਉਹਨਾਂ ਨੇ ਤੁਹਾਨੂੰ ਵੀਜ਼ਾ ਅੱਜ ਗ੍ਰਾਂਟ ਕਰਤਾ ਹੈ ਤੇ ਬਹੁਤ ਬਹੁਤ ਵਧਾਈਆਂ ਤੇ ਸ਼ਾਬਾਸ਼ੀ ਹੈ ਸੁਖਮਨ ਨੂੰ ਵੀ ਜਿਹਨਾਂ ਦੇ ਆਈਡੀਆ ਤੋਂ ਇਹ ਕੰਮ ਹੋਇਆ ਬਾਕੀ ਕਈ ਲੋਕ ਮੈਨੂੰ ਪੁੱਛਦੇ ਕਈ ਵੀਡੀਓਜ਼ ਵੀ ਬਣਾਈ ਹੈ ਕਈ ਵਕੀਲਾਂ ਦੇ ਵੀ ਫੋਨ ਆਏ ਹੈ ਦਿੱਲੀ ਤੋਂ ਜਾਂ ਯੂ نو ਇਨ ਹੈਦਰਾਬਾਦ ਇਨ ਪੂਨੇ ਇਨ ਅਦਰ ਥਿੰਗਸ ਲੋਕਾਂ ਜਿਹੜੇ ਵਕੀਲ ਹੈ ਜਿਹੜੇ ਐਡਵੋਕੇਟ ਹੈ ਉਹਨਾਂ ਨੇ ਕਈ ਵਾਰ ਮੈਨੂੰ ਪੁੱਛਿਆ ਕਿ ਵੀ ਅਸੀਂ ਹੁਣ ਇੱਥੇ ਵਕਾਲਤ ਕਰ ਲਈ ਹੈ LLB ਕਰਦੀ LLM ਕਰੀ ਅਸੀਂ ਚਾਹੁੰਦੇ ਕਿ ਵੀ ਅਸੀਂ ਕੈਨੇਡਾ ਜਾ ਕੇ ਵਕਾਲਤ ਕਰਨੀ ਹੈ ਤੁਸੀਂ ਉਹ ਵੀਡੀਓਜ਼ ਦੇਖੀਆਂ ਕੁਛ ਜੋ ਮੈਂ ਦੱਸਿਆ ਲੋਕਾਂ ਨੂੰ ਕਿ ਵੀ ਕਿਸ ਤਰ੍ਹਾਂ ਹਾਊ ਟੂ ਬਿਕਮ ਅ ਲੋਇਰ ਇਨ ਕੈਨੇਡਾ ਸਰ ਉਹ ਨਹੀਂ ਦੇਖੀਆਂ ਕਿ ਮੈਂ ਸਰ ਬਾਕੀ ਦੇਖੇ ਨੇ ਉਹ ਨਹੀਂ ਦੇਖੀਆਂ ਸਰ ਅੱਛਾ ਅੱਛਾ ਚਲੋ ਮੈਂ ਇੱਕ ਚੀਜ਼ ਤੁਹਾਨੂੰ ਦਿਖਾ ਦੇਣਾ ਐਕਚੁਅਲੀ ਸਕਰੀਨ ਤੇ ਤੁਹਾਨੂੰ ਦਿਖਾ ਦੇਣਾ ਇੱਕ ਸੈਕਿੰਡ ਜਸਟ ਟੂ ਗੈਟ ਇਨ ਬੈਨੀਫਿਟ ਆਫ ਯੂ نو ਐਕਸਪੋਜ਼ਰ ਹੇਅਰ ਜਸਟ ਟੂ ਸੀ ਸ਼ਾਇਦ ਦੇਖੋ ਕਿ ਨਜ਼ਰ ਆ ਰਿਹਾ ਕਿਉਂਕਿ ਹੁਣ ਤੁਸੀਂ ਜਾਓਗੇ ਕੈਨੇਡਾ ਜਾਓਗੇ ਇਨ ਫਿਊਚਰ ਵਕਾਲਤ ਤੇ ਤੁਸੀਂ ਅੱਗੇ ਇਨ ਫਿਊਚਰ ਅਗਰ ਕਰਨੀ ਹੈ ਤੇ ਨਜ਼ਰ ਆ ਰਿਹਾ ਸਕਰੀਨ ਤੇ ਨਹੀਂ ਸਰ ਅਜੇ ਨਹੀਂ ਆਇਆ ਹੈਗਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਨੇ ਵਕਾਲਤ ਕਰਨੀ ਹੈ ਉਹ ਲੋਸ ਆਮ ਜਸਟ ਟੇਕਿੰਗ ਐਗਜ਼ਾਮਪਲ ਆਫ ਓਨਟਾਰੀਓ ਕਿਉਂਕਿ ਹਰ ਇੱਕ ਸੂਬੇ ਦਾ ਇੱਕ ਵੱਖਰਾ ਇੱਕ ਸਿਸਟਮ ਹੈ ਸੋ ਲੋਸ ਸੋਸਾਇਟੀ ਓਨਟਾਰੀਓ ਤੇ ਮੈਂ ਦਿਖਾ ਰਿਹਾ ਐਕਚੁਅਲੀ ਸਕਰੀਨ ਤੇ ਅਗਰ ਜੇ ਤੁਸੀਂ ਆਲਰੇਡੀ LLM ਕਰਕੇ ਦੂਸਰੀ ਕੰਟਰੀ ਤੋਂ ਆਏ ਹੋ ਤੇ ਆਪਣੇ ਕ੍ਰੈਡੈਂਸ਼ੀਅਲ ਨੂੰ ਇਵੈਲਿਊਏਟ ਕਰਨਾ ਹੈ ਤੁਸੀਂ ਇੱਥੇ ਆ ਕੇ ਤੇ ਦੇਰ ਇਜ਼ ਅ ਪ੍ਰੋਸੈਸ ਕਾਲ ਨੈਸ਼ਨਲ ਕਮੇਟੀ ਔਨ ਅਕ੍ਰੈਡੀਟੇਸ਼ਨ NCA ਪ੍ਰੋਸੈਸ ਤੁਹਾਡੇ ਸਾਰੇ ਉਹ ਟ੍ਰਾਂਸਕ੍ਰਿਪਟ ਮਾਰਕਸ਼ੀਟਸ ਨੂੰ ਉਹ ਜਾਂਚਦੇ ਹੈ ਫਿਰ ਉਹ ਡਿਸਾਈਡ ਕਰਦੇ ਹੈ ਕਿ ਵੀ ਕੈਨੇਡਾ ਲਈ ਤੁਹਾਡੇ ਕਿਹੜੇ ਕਿਹੜੇ ਯੂਨਿਟਸ ਪੜ੍ਹਾਈ ਆ ਤੁਸੀਂ ਹੋਰ ਕਰਨੀ ਹੈ ਉਹ ਸਾਰਾ ਪੜ੍ਹਾਈ ਕਰੋਗੇ ਉਹਦੇ ਬਾਅਦ ਆਰਟੀਕਲਸ਼ਿਪ ਕਰੋਗੇ ਕਿਸੇ ਹੋਰ ਐਗਜ਼ਿਸਟਿੰਗ ਲਾਅਰ ਦੇ ਹੇਠਾਂ ਫਿਰ ਤੁਸੀਂ ਆਪਣਾ ਮੈਂਬਰਸ਼ਿਪ ਲੈ ਸਕਦੇ ਹੋ ਸੋ ਦਿਸ ਇਜ਼ ਸਮਥਿੰਗ ਦੈਟ ਯੂ ਕੈਨ ਡੂ ਐਂਡ ਯੂ ਨੋ ਪ੍ਰੀਟੀ ਮੱਚ ਐਨੀ ਲਾਅਰ ਕੈਨ ਡੂ ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਵੀ ਯੂ ਆਰ ਐਜੂਕੇਟਿਡ ਯੂ ਆਰ ਪ੍ਰੋਫੈਸ਼ਨਲ ਯੂ ਆਰ ਮੈਚੋਰ ਇੰਡੀਵਿਜੁਅਲ ਅਤੇ ਯੂ ਹੈਵ ਦਾ ਵਰਕ ਪਰਮਿਟ ਨਾਉ ਤੁਸੀਂ ਵਰਕ ਪਰਮਿਟ 'ਤੇ ਜਾਓਗੇ ਜਿਸ ਪਰਮਿਟ ਨੂੰ ਲੈ ਕੇ ਸਾਰੀ ਦੁਨੀਆ LMI ਲੈ ਕੇ ਪਤਾ ਨਹੀਂ ਕੋਈ $40,000 ਕੋਈ $50,000 ਕੋਈ ਇਸ ਤਰ੍ਹਾਂ ਦਾ ਕੋਈ ਖਰੀਦ ਫਰੋਖਤ ਕਰ ਰਹੀ ਹੈ ਸੋ ਉਹ ਤੁਹਾਡੇ ਚੋਲੀ 'ਚ ਪੈ ਗਿਆ ਬਿਲਕੁਲ ਮੁਤਾਬਿਕ ਜ਼ੀਰੋ ਲਿਟਰਲੀ ਜ਼ੀਰੋ ਕਾਸਟ ਸੋ ਤੁਹਾਡੇ ਸਾਹਮਣੇ ਪੂਰੇ ਕੈਨੇਡਾ ਦਾ ਫਿਊਚਰ ਤੁਹਾਡੀ ਉਡੀਕ ਕਰਦਾ ਹੈ ਸੋ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਆਓਗੇ ਯੂ ਨੋ ਯੋਰ ਮਾਰਕਸ਼ੀਟਸ ਐਂਡ ਯੋਰ ਐਕਸਪੀਰੀਅੰਸ ਸਰਟੀਫਿਕੇਟਸ ਐਂਡ ਪ੍ਰੀਟੀ ਮੱਚ ਐਵਰੀਥਿੰਗ ਸੋ ਆ ਕੇ ਆਪਣੀ ਕੈਨੇਡਾ ਦੀ ਜ਼ਿੰਦਗੀ ਸ਼ੁਰੂ ਕਰੋ ਐਂਡ ਦੈਟਸ ਆਲ ਆਈ ਹੈਵ ਟੂ ਸੇ ਸੋ ਵੀਜ਼ਾ ਹੈਜ਼ ਦਾ ਪਾਸਪੋਰਟ ਰਿਕੁਐਸਟ ਹੈਜ਼ ਆਲਰੇਡੀ ਬੀਨ ਗ੍ਰਾਂਟਿਡ ਟੁਡੇ ਐਂਡ ਦੈਟਸ ਇਟ ਕੁਝ ਹੋਰ ਆਪਣੇ ਕੋਈ ਬੈਕਗ੍ਰਾਉਂਡ ਦੇ ਬਾਰੇ ਕੋਈ ਖਾਸ ਚੀਜ਼ ਅਗਰ ਕੁਛ ਤੁਹਾਨੂੰ ਅਗਰ ਚੇਤਾ ਹੈ ਤਾਂ ਉਹ ਵੀ ਪਲੀਜ਼ ਦੱਸ ਦਿਓ ਮੇਰੇ ਖਿਆਲ ਤੁਹਾਡਾ ਸ਼ਾਇਦ ਮੈਰਿਜ ਦੇ ਸਰਕਮਸਟਾਂਸਿਸ ਦੇ ਇਲਾਵਾ ਵੀ ਸ਼ਾਇਦ ਕੋਈ ਵਾਜ਼ ਦੇਅਰ ਅ ਪੋਸੀਬਲ ਏਜ ਗੈਪ ਬਿਟਵੀਨ ਯੂ ਐਂਡ ਦਾ ਵਾਈਫ ਬਿਗ ਏਜ ਗੈਪ ਨਹੀਂ ਨਹੀਂ ਸਰ ਨਹੀਂ there was no business given so simple marriage pretty much one refusal and that's it jada jawab tusi jada ditta hai ki bhai you know I don't want to spend but kai baar loki is tarah puchde hai ki bhai assi marriage ke bhai karni kis tarah hai assi koi marriage palace book kar liye fir kinne guest lewane hai ji kis tarah karna fulana karna so ਕਿਤੇ ਇਹ ਨਾ ਹੋਵੇ ਕਿ ਤੁਹਾਡਾ ਐਗਜ਼ਾਮਪਲ ਦੇਖੇ ਦੁਨੀਆਂ ਨੂੰ ਇਹ ਲੱਗਦਾ ਕਿ ਵੀ ਹਰ ਇੱਕ ਸਿੰਪਲ ਮੈਰਿਜ ਕਰਕੇ ਹੀ ਵੀਜ਼ਾ ਲੱਗ ਜਾਏਗਾ ਸਾਰੇ ਦਾ ਇਹ ਨਹੀਂ ਹਰੇਕ ਕੇਸ ਇੱਕ ਡਿਫਰੈਂਟ ਹੈ ਹਰੇਕ ਕੇਸ ਦੀ ਅਪਰੋਚ ਇੱਕ ਡਿਫਰੈਂਟ ਹੈ ਜਿਵੇਂ ਤੁਸੀਂ ਬੈਂਕ ਸਟੇਟਮੈਂਟ ਜਾਂ ਇਨਵੈਸਟਮੈਂਟ ਵਾਲਾ ਅਸੀਂ ਸ਼ੋਅ ਕੀਤੇ ਹੈ ਉਹ ਤੁਹਾਡੇ ਕੇਸ 'ਤੇ ਉਹ ਜਵਾਬ ਢੁੱਕਦਾ ਹੈ ਮਤਲਬ ਉਹ ਅਪਲਾਈ ਹੋ ਰਿਹਾ ਉੱਥੇ ਜਵਾਬ ਦਿਸ ਆਂਸਰ ਮੇ ਨੋਟ ਅਪਲਾਈ ਟੂ ਆਲ ਕੇਸਿਸ ਸੋ ਐਂਡ ਦੈਟਸ ਵਾਟ ਇਟਸ ਕਈ ਵਾਰ ਲੋਕਾਂ ਨੇ ਮਤਲਬ ਇੱਕ ਵੀਡੀਓ ਦੇਖ ਕਰ ਉਹੀ ਫਾਰਮੂਲਾ ਨੂੰ ਕਾਪੀ ਪੇਸਟ ਕਰਕੇ ਆਪਣੇ ਆਪਣੇ ਫਾਈਲ 'ਚ ਲਾ ਦੇਣਾ ਕਿ ਵੀ ਮੇਰਾ
ਉਹਨਾਂ ਦਾ ਹੋਇਆ ਤੇ ਮੇਰਾ ਵੀ ਹੋ ਜਾਏਗਾ ਸੋ ਜੀ ਹਾਂਜੀ ਸਰ ਅਨਫੋਰਚੂਨੇਟਲੀ ਦੈਟ ਵਿਲ ਨਾਟ ਹੈਪਨ ਇਨ ਇਨ ਐਵਰੀ ਐਵਰੀ ਕੇਸ ਬਾਕੀ ਹੋਰ ਸੁਣਾਓ ਉਧਰ ਕੀ ਸਿਚੁਏਸ਼ਨ ਚੱਲ ਰਹੀ ਹੈ ਪੰਜਾਬ ਦੀ ਪੋਲਿਟਿਕਸ ਤੇ ਮੈਂ ਚਾਹੁੰਦਾ ਕਿ ਮੈਂ ਡਿਸਕਸ ਪਰ ਮੈਂ ਕਰਨੀ ਨਹੀਂ ਇਸ ਵੀਡੀਓ ਤੇ ਕਿ ਅੱਜ ਕੱਲ੍ਹ ਪੰਜਾਬ ਤੇ ਚੱਲ ਕੀ ਰਿਹਾ ਕੌਣ ਬਣੇਗਾ ਕਾਂਗਰਸ ਪ੍ਰਧਾਨ ਕੌਣ ਬਣੇਗਾ ਚੀਫ ਮਿਨਿਸਟਰ ਕੌਣ ਬਣੇਗਾ ਕੁਝ ਜੇ ਅਗਰ ਤੁਸੀਂ ਇੱਕ ਮਿੰਟ ਅਗਰ ਜੇ ਆਪਣਾ ਨਜ਼ਰੀਆ ਦੇਣਾ ਚਾਹੋ ਤੇ ਦੇ ਸਕਦੇ ਹੋ ਬਾਕੀ ਇਟਸ ਨਾਟ ਆ ਆਈ ਮੀਨ ਇਟਸ ਨਾਟ ਨੈਸੈਸਰੀ ਸਰ ਪੋਲਿਟਿਕਸ ਨੂੰ ਸਰ ਪਤਾ ਤਾਂ ਹੈ ਵੀ ਕਾਂਗਰਸ ਤੇ ਅਕਾਲੀ ਦਾ ਸਰ ਬਿਲਕੁਲ ਮਤਲਬ ਲੋਕ ਮੰਨਦੇ ਨਹੀਂ ਹੈਗੇ ਸਰ ਉਹਨਾਂ ਨੂੰ ਤੁਹਾਨੂੰ ਜੀ ਮੈਨੂੰ ਲੱਗਦਾ ਸ਼ਾਇਦ ਚਾਂਸ ਦੇਣਾ ਆਮ ਆਦਮੀ ਪਾਰਟੀ ਨੂੰ ਸਰ ਜੀ 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 ਚਲੋ ਚੱਲਦੇ ਰਹਿਣਾ ਪਤਾ ਲੱਗ ਜਾਏਗਾ ਕੁਛ ਹੀ ਦਿਨਾਂ ਦੇ ਮੇਰੇ ਖਿਆਲ ਇਲੈਕਸ਼ਨ ਵੀ 2 ਮਹੀਨੇ ਰਹਿ ਗਏ ਸ਼ਾਇਦ ਮੇਰੇ ਖਿਆਲ ਅਬਾਊਟ 2 ਮੰਥਸ 3 ਮੰਥਸ 4 ਮਹੀਨੇ ਪੈਣੇ ਸਰ 4 ਮਹੀਨੇ ਪੈਣੇ ਹਜੇ 4 ਮਹੀਨੇ ਰਹਿ ਗਏ ਠੀਕ ਹੈ ਚਲੋ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਆਪਣਾ ਗੁਰਿੰਦਰ ਅਤੇ ਯੂ ਕੈਨ ਕੰਟੈਕਟ ਸੁਖਮਨ ਅਤੇ ਪਾਸਪੋਰਟ ਨੂੰ ਜਮ੍ਹਾਂ ਕਰੋ ਅਤੇ ਇਨਫੈਕਟ ਕੋਇੰਸੀਡੈਂਸ ਇਹ ਹੈ ਕਿ ਵੀ ਜਿੱਦਾਂ ਤੁਹਾਡਾ ਜਿਹੜਾ ਕੇਸ ਹੋ ਰਿਹਾ ਬਾਕੀ ਹੋਰ ਵੀ ਕੇਸਿਸ ਆ ਰਹੇ ਹੈ ਕਈ ਲੋਕ ਪੁੱਛਦੇ ਆ ਕਿ ਵੀ ਸਾਡਾ ਕੇਸ ਕਦੋਂ ਆਏਗਾ ਜੀ ਕਿੰਨਾ ਚਿਰ ਹੋ ਗਿਆ ਜੀ 6 ਮਹੀਨੇ ਕਿਸੇ ਦਾ 1 ਮਹੀਨੇ ਉਹਨਾਂ ਦਾ ਕਿਉਂ ਨਹੀਂ ਆਇਆ ਸੋ ਸਾਡਾ ਕੰਮ ਹੈ ਕਿ ਸਬਮਿਸ਼ਨ ਕਰਨਾ ਪ੍ਰੋਪਰ ਤਰੀਕੇ ਨਾਲ ਜੋ ਪ੍ਰੋਪਰ ਹੈ ਇਸ ਤੋਂ ਇਲਾਵਾ ਸਾਡਾ ਕੋਈ ਕੰਟਰੋਲ ਨਹੀਂ ਹੈ ਕਿ ਵੈਸੇ ਪ੍ਰੋਸੈਸ ਇਹਨੂੰ ਅਫੈਕਟ ਕਰ ਦਈਏ ਹਾਂ ਆਪਾਂ ਕੋਈ ਅਗਰ ਕੋਈ ਚੀਜ਼ ਅਗਰ ਲੱਗਦਾ ਕਿ ਹਾਂ ਇੱਕ ਉਹਨਾਂ ਨੂੰ ਇਹਨਾਂ ਨੂੰ ਹਾਈਲਾਈਟ ਕਰਨੀ ਹੈ ਦੈਨ ਵੀ ਕੈਨ ਰਾਈਟ ਦੈਮ ਅ ਲੈਟਰ ਦੈਟਸ ਇਟ ਪਰ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕੀਏ ਸਮ ਆਫ ਮਾਈ ਕੇਸਿਸ ਆਰ ਪੈਂਡਿੰਗ ਫੋਰ ਪਾਸਟ ਯੂ ਨੋ 2 ਈਅਰਸ ਔਰ ਕੁਛ ਕੇਸਿਸ ਹੈ ਜਿਹੜੇ ਮਤਲਬ 2-2 ਮਹੀਨੇ 6-6 ਮਹੀਨੇ ਵੀ ਰਿਕੁਐਸਟ ਆ ਰਹੀ ਸੋ ਇਹ ਨਹੀਂ ਪਤਾ ਲੱਗਦਾ ਕਿ ਵੀ ਕਿਹੜਾ ਕੇਸ ਪਹਿਲਾਂ ਆਊਗਾ ਹਾਂਜੀ ਹਾਂਜੀ ਸਰ ਸੋ ਜਿੱਦਾਂ ਵੀ ਆਏਗਾ ਦੈਨ ਵੀ ਕੈਨ ਪ੍ਰੋਵਾਈਡ ਦੈਮ ਅਪਡੇਟ ਬਟ ਦੇਰ ਇਜ਼ ਨਥਿੰਗ ਮੋਰ ਵੀ ਕੈਨ ਡੂ ਅਬਾਊਟ ਇਟ ਹਾਂ ਅਤੇ ਥੈਂਕ ਯੂ ਵੈਰੀ ਮੱਚ ਕੁਛ ਹੋਰ ਤੁਸੀਂ ਕਹਿਣਾ ਸੀ ਆਈ ਥਿੰਕ ਆਈ ਜਸਟ ਯੂ ਨੋ ਕੁਛ ਯੂ ਸਟਾਪ ਯੂ ਤੁਸੀਂ ਕੁਛ ਕਹਿਣਾ ਸੀ ਨਹੀਂ ਸਰ ਕੁਛ ਨਹੀਂ ਥੈਂਕ ਯੂ ਸਰ ਸਪੈਸ਼ਲ ਥੈਂਕਸ ਫਾਰ ਥੈਂਕਸ ਸਪੈਸ਼ਲ ਸਰ ਸੁਖਮਨ ਸਰ ਦਾ ਸਰ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਸਰ ਉਹਨਾਂ ਨੇ ਜੀ 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 ਨਾ ਸਰ ਮੈਨੂੰ ਇੰਨਾ ਪਤਾ ਸਰ ਤੁਹਾਡੇ ਬਿਨਾਂ ਨਹੀਂ ਸੀ ਹੋ ਸਕਦਾ ਕੰਮ ਕਿਉਂਕਿ ਜਿਹੜੇ ਨੇ ਪੰਜਾਬ ਦੇ ਨੇ ਇਹਨਾਂ ਦੇ ਐਂ ਵੀ ਕਹਿ ਤਾ ਵੀ ਤੇਰੇ ਐਡਰੈਸ ਆ ਉਹ ਵੀ ਠੀਕ ਨਹੀਂ ਹੈਗੀ ਵੀ ਤੁਸੀਂ ਨੇ ਲੱਗਦਾ ਵੀ ਤੁਹਾਡੇ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੁਹਾਡੇ ਸੈਟੀਸਫਾਈ ਹੋਣਾ ਹੀ ਨਹੀਂ ਹੈਗਾ ਵੈਸੀ ਵਾਲੇ ਨੇ ਵੀ ਉਹ ਕਹਿਣਗੇ ਫੇਕ ਮੈਰਿਜ ਹੈ ਇਹ ਬਸ ਹੁਣ ਤੁਹਾਡਾ ਵੀਜ਼ਾ ਦੇਖ ਕੇ ਉਹਨਾਂ ਨੂੰ ਚੇਤਾ ਆ ਜਾਏਗਾ ਕਿ ਉਹਨਾਂ ਨੇ ਤੁਹਾਡੇ ਬਾਰੇ ਕੀ ਕਿਹਾ ਸੀ ਕਿ ਨਹੀਂ ਹੋਣਾ ਤੇ ਜਦ ਤੁਸੀਂ ਉੱਥੇ ਕੈਨੇਡਾ ਤੁਸੀਂ ਏਅਰਪੋਰਟ ਤੇ ਆਓਗੇ ਜਦ ਫੋਟੋ ਦੇਖੇਗਾ ਬੰਦਾ ਤਾਂ ਕੈਨੇਡਾ ਹੀ ਪਹੁੰਚ ਗਿਆ ਤੁਸੀਂ ਕਹਿੰਦੇ ਹੋ ਹੋਏਗਾ ਨਹੀਂ ਸੋ ਫੋਰਚੂਨੇਟਲੀ ਅਨਫੋਰਚੂਨੇਟਲੀ ਹੁੰਦਾ ਕੀ ਹੈ ਐਕਚੁਅਲੀ ਕਿ ਐਵਰੀ ਕੇਸ ਇਸ ਯੂ ਆਰ ਅ ਲੀਗਲ ਗਾਈ ਯੂ ਨੋ ਅੰਡਰਸਟੈਂਡ ਐਵਰੀ ਕੇਸ ਇਜ਼ ਯੂਨੀਕ ਜਿਸ ਤਰ੍ਹਾਂ ਬਿਮਾਰੀ ਦਾ ਇੱਕ ਯੂਨੀਕ ਇਲਾਜ ਹੈ ਹਰੇਕ ਦਵਾ ਅਸਰ ਨਹੀਂ ਕਰ ਸਕਦੀ ਸੇਮ ਬਿਮਾਰੀ ਨੂੰ ਸੋ ਐਵਰੀ ਕੇਸ ਇਜ਼ ਯੂਨੀਕ ਉਹਦੇ ਵਿੱਚ ਕੀ ਕਹਿਣਾ ਨਹੀਂ ਕਹਿਣਾ ਥੋੜ੍ਹਾ ਜਿਹਾ ਟਵੀਕ ਕਰਨਾ ਪੈਂਦਾ ਐਕਚੁਅਲੀ ਵੀ ਹੈਵ ਟੂ ਚੇਂਜ ਅਰਾਊਂਡ ਸਮ ਫੈਕਟਸ ਐਂਡ ਸਰਕਮਸਟਾਂਸਿਸ ਅੱਛਾ ਫਿਰ ਬਾਰ ਬਾਰ ਮਤਲਬ ਕਿ ਉਹਨੂੰ ਮਤਲਬ ਇਹਨੂੰ ਮਤਲਬ ਟਰਾਈ ਕਰਕੇ ਜਿਸ ਤਰ੍ਹਾਂ ਪਹਿਲਾਂ ਰਿਫਿਊਜ਼ ਹੋਇਆ ਦੈਨ ਵੀ ਹੈਵ ਟੂ ਟਰਾਈ ਅਗੇਨ ਸਮਟਾਈਮਸ ਵੀ ਹੈਵ ਟੂ ਟਰਾਈ ਸੈਕਿੰਡ ਟਾਈਮ ਥਰਡ ਟਾਈਮ ਆਲਸੋ ਜੇ ਅਗਰ ਕਲਾਇੰਟ ਦਾ ਕੋਲ ਪੇਸ਼ੈਂਸ ਹੈ ਦੈਨ ਵੀ ਕੀਪ ਔਨ ਟਰਾਇੰਗ ਅਦਰਵਾਈਜ਼ ਕਈ ਵਾਰ ਕਹਿੰਦੇ ਨਹੀਂ ਜੀ ਹੋ ਨਹੀਂ ਰਿਹਾ ਸੋ ਬੀ ਇਟ ਪਰ ਵੀ ਅਗਰ ਜੇ ਇਸ ਬਾਰ ਦਿਸ ਇਜ਼ ਅ ਸੈਕਿੰਡ ਚਾਂਸ ਅਗਰ ਜੇ ਨਹੀਂ ਹੁੰਦਾ ਦੈਨ ਵੀ ਵੁੱਡ ਹੈਵ ਟੂ ਟੇਕ ਇਟ ਫੋਰਵਰਡ ਅਸੀਂ ਇਹਨਾਂ ਨੂੰ ਦੁਬਾਰਾ ਕਰਨਾ ਸੀ ਐਂਡ ਯੂ ਨੋ ਟ੍ਰਾਈ ਇਟ ਸੋ ਥੈਂਕ ਯੂ ਵੈਰੀ ਮੱਚ ਆਈ ਐਮ ਗਲੈਡ ਦੈਟ ਯੂ ਆਰ ਸਕਸੈਸਫੁਲ ਸਰ ਮੈਂ ਪੁੱਛਣਾ ਸੀ ਤੁਸੀਂ ਸਰ LLB ਇੱਥੋਂ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਸਰ ਨਹੀਂ ਮੈਂ ਤਾਂ ਨਹੀਂ ਕੀਤੀ LLB ਸਰ ਜੀ ਮੈਂ ਤਾਂ ਨਹੀਂ ਕੀਤੀ LLB ਆਈ ਡਿਡ ਨਾਟ ਡੂ LLB ਮੈਂ ਤਾਂ ਐਕਚੁਅਲੀ ਆ ਕੇ ਇੱਥੇ ਆਈ ਐਮ ਅ ਮੈਂਬਰ ਆਫ ICCRC ਜਿਹੜਾ ਇੱਕ ਇੱਥੇ ਬੋਡੀ ਹੈ ਵਿਚ ਇਜ਼ ਯੂ ਨੋ ਜਿਹੜੇ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਹੈ ਉਹਨਾਂ ਨੂੰ ਲਾਇਸੈਂਸ ਪ੍ਰੋਵਾਈਡ ਕਰਦੇ ਆ ਸੋ ਇੱਥੇ ਆ ਕੇ ਅਗਰ ਜਿਨ੍ਹਾਂ ਨੇ ਇਮੀਗ੍ਰੇਸ਼ਨ ਕਰਨੀ ਹੈ ਫੋਰ ਐਗਜ਼ਾਮਪਲ ਦਿਸ ਇਜ਼ ਓਨਲੀ ਫੋਰ ਇਮੀਗ੍ਰੇਸ਼ਨ ਅਤੇ ਉਸ ਜ਼ਮਾਨੇ 'ਚ ਦਿਸ ਹੈਜ਼ ਬੀਨ ਮੋਰ ਦੈਨ 9 ਈਅਰਸ ਨਾਉ ਉਸ ਜ਼ਮਾਨੇ 'ਚ ਕਾਲਜ ਹੁੰਦੇ ਸੀਗੇ ਇੱਥੇ ਤੁਸੀਂ ਆਪਣਾ ਕੋਰਸ ਕਰ ਲਓ ਅਤੇ ਐਂਡ ਦੈਨ ਯੂ ਕੈਨ ਟੇਕ ਐਗਜ਼ਾਮੀਨੇਸ਼ਨ ਪਰ ਅੱਜ ਕੱਲ੍ਹ ਸਿਰਫ ਇੱਕ ਯੂਨੀਵਰਸਿਟੀ ਹੈ ਕੁਈਨ ਅਗਰ ਜੇ ਤੁਸੀਂ ਇਮੀਗ੍ਰੇਸ਼ਨ ਦਾ ਇੰਟਰਸਟ ਬਾਰੇ ਪੁੱਛ ਰਹੇ ਹੋ ਇਮੀਗ੍ਰੇਸ਼ਨ ਕਰਨਾ ਹੈ ਅਗਰ ਇਨ ਫਿਊਚਰ ਸੋ ਗੂਗਲ 'ਤੇ ਟਾਈਪ ਕਰ ਲਓ ਕੁਈਨਸ ਯੂਨੀਵਰਸਿਟੀ ਕੁਈਨਸ ਯੂਨੀਵਰਸਿਟੀ ਇਮੀਗ੍ਰੇਸ਼ਨ ਪ੍ਰੋਗਰਾਮ ਸੋ ਉਹਨਾਂ ਦੇ ਪ੍ਰੋਗਰਾਮ ਆਈ ਥਿੰਕ ਦੇ ਸਟਾਰਟਡ ਇਨ ਜਨਵਰੀ ਦਿਸ ਈਅਰ ਮੇਬੀ ਲਾਸਟ ਈਅਰ ਸੋ ਉਹ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਐਂਡ ਯੂ ਨੋ ਮੇਰੇ ਕੋਲ 1 ਸਾਲ ਦਾ ਪ੍ਰੋਗਰਾਮ ਹੈ ਅੱਜ ਕੱਲ੍ਹ ਫੀਸ ਵੀ ਬਹੁਤ ਜ਼ਿਆਦਾ ਚਾਰਜ ਕਰ ਰਹੇ ਹੈ ਕਲੋਜ਼ ਟੂ ਅਬਾਊਟ 11-12,000 ਡਾਲਰਸ ਆਈ ਥਿੰਕ ਪਹਿਲਾਂ ਉਹ ਕੋਰਸ ਕਰੋਗੇ ਐਂਡ ਦੈਨ ਯੂ ਯੂ ਨੋ ਹੈਵ ਟੂ ਟੇਕ ਦ ਨੈਸ਼ਨਲ ਐਗਜ਼ਾਮੀਨੇਸ਼ਨ ਉਹਨਾਂ ਦਾ ਇੱਕ ਯੂ ਨੋ ਸਕਿੱਲ ਐਗਜ਼ਾਮੀਨੇਸ਼ਨ ਹੁੰਦਾ ਐਂਡ ਦੈਨ ਯੂ ਕੈਨ ਅਪਲਾਈ ਟੂ ਬਿਕਮ ਅ ਯੂ ਨੋ ICCRC ਮੈਂਬਰ ਫਿਰ ਤੁਸੀਂ ਇਮੀਗ੍ਰੇਸ਼ਨ ਲਾਅ ਪ੍ਰੈਕਟਿਸ ਕਰ ਸਕਦੇ ਇਮੀਗ੍ਰੇਸ਼ਨ ਲਾਅ ਪ੍ਰੈਕਟਿਸ ਦਾ ਮਤਲਬ ਹੈ ਕਿ
लीगली मैं किसी की भी कोई भी मैंबर है जो दूसरे क्लाइंट की एप्लीकेशन सबमिट कर सकता जे इत ट्राइब्यूनल है जिस तरह इमीग्रेशन अपील डिवीजन है इमीग्रेशन डिवीजन है इमीग्रेशन रेफ्यूजी बोर्ड थले एक तीन बने हुए हैं डिफरेंट डिविजन उत्थे जाके असी अपील कर सकते हैं इस लाइक यू नो इट्स अ ट्राइब इमीग्रेशन ट्राइब्यूनल इट्स नॉट अ फेडरल कोर्ट पर इट्स इट्स लाइक अ क्वाजाई कोर्ट उत्थे जाके तुसी अपनी बहस कर सकते हो जाके जो यू कैन प्रीटी मच डू एनीथिंग इस लाइसेंस के थ्रू तुसी वीज़ा ऑफिसर नाल भी तुसी मतलब डायरेक्ट डायलॉग कम्युनिकेशन कर सकते हो जिथे जेडे अपने बॉर्डर ते जेडे इमीग्रेशन इंस्पेक्टर जेडा है महकमा उन्हां नाल भी कर सकते हो सो इट प्रीटी मच गिव्स यू लॉट ऑफ लीवे एंड अथॉरिटी एज फार एज इमीग्रेशन इज कंसर्न हाँ इमीग्रेशन के अलावा असं कुछ नहीं कर सकते मतलब समथिंग लाइक मी सो क्योंकि मेरा इंटरेस्ट सिर्फ इमीग्रेशन का है मैनू होर बाकी बाकी होर लॉ प्रॉपर्टी लॉ या यू नो क्रिमिनल सिविल आई हैव नो इंटरेस्ट सो ये मेरे लिए तो बहुत बहुत से जो इमीग्रेशन कंसल्टेंट है रजिस्टर्ड कंसल्टेंट लाइसेंस शुदा कंसल्टेंट है उन्होंने लिए बहुत सूटेबल है बाय द वे दिस इज ओनली इन कैनेडा अमेरिका च अगर कोई करना चाहे अमेरिका ये सिस्टम नहीं है अमेरिका च अगर किसी ने इमीग्रेशन लॉ प्रैक्टिस करनी है देन दे हैव टू डू द फुल एग्जामिनेशन एंड फुल लॉयर दैट मीनस कि सारे ही डिसिप्लिन कर सकते हो सो कैनेडा इज़ वन ऑफ द यूनिक कंट्रीज आई थिंक मे बी ऑस्ट्रेलिया एज वेल कि तुसी सिर्फ इमीग्रेशन से फोकस करके इमीग्रेशन की पढ़ाई करके क्विकली यू कैन गेट इनटू प्रैक्टिस ओके सर ठीक है जी थैंक यू सर थैंक यू कांग्रेचुलेशंस टू यू एंड योर वाइफ एज वेल